ਵਾਰਡ ਨੰਬਰ 26 ਹੈ ਹਰਦੀਪ ਸਿੰਘ ਮੁੰਡਿਆ ਜੋ ਅੱਜ ਆਜ਼ਾਦ ਉਮੀਦਵਾਰ ਟੇਬਲ ਆਪਣੇ ਚੋਣ ਨਿਸ਼ਾਨ 'ਤੇ ਲੜ ਰਹੇ ਹਨ ਤਾਂ ਅੱਜ ਉਹ ਸਾਡੇ ਸਾਥ ਹਨ ਪ੍ਰਦੀਪ ਸਿੰਘ ਮੁੰਡੀਆਂ ਵਾਰਡ ਨੰਬਰ 26 ਤੋਂ ਆਜ਼ਾਦ ਤੌਰ ਤੇ ਉਮੀਦ ਚੋਣ ਲੜ ਰਹੇ ਹਨ ਜੋ ਚੋਣ ਨਿਸ਼ਾਨ ਟੇਬਲ ਹੈ ਲੋਕਾਂ ਦਾ ਕੀ ਕੁਝ ਗੱਲਾਂ ਜੋ ਮੈਨੂੰ ਨਹੀਂ ਸੀ ਪਤਾ ਲੋਕਾਂ ਨੇ ਪਿਆਰ ਤੇ ਅਸ਼ੀਰਵਾਦ ਦੇ ਕੇ ਮੈਨੂੰ ਸਮਝਾਇਆ ਕਿ ਬੇਟਾ ਤੂੰ ਤੇ ਜਿੱਤ ਗਿਆ ਕਿਉਂਕਿ ਜ਼ਿੰਦਗੀ ਦੇ ਕੋਈ ਵੀ ਫੈਸਲੇ ਜੋ ਹੁੰਦੇ ਆ ਟੇਬਲ ਤੇ ਬੈਠ ਕੇ ਲਏ ਜਾਂਦੇ ਆ ਟੇਬਲ ਤੈਨੂੰ ਸਰਕਾਰ ਨੇ ਦੇ ਦਿੱਤਾ ਕੁਰਸੀ ਤੈਨੂੰ ਸਾਡੀ ਸੰਗਤ ਸਾਰੀ ਲੈ ਕੇ ਜਾਗੀ ਕੱਲ ਅਸੀਂ ਰੋਡ ਸੋ ਕੱਢਿਆ ਸੀ ਉਸ ਰੋਡ ਸੋ ਨੇ ਵਿਰੋਧੀਆਂ ਦੀ ਹਾਰ ਤਾਨੂੰ ਦਿਖਾ ਹੀ ਦਿੱਤੀ ਐ ਔਰ ਜੋ ਸਾਡ ਨੂੰ ਸੰਗਤ ਨੇ ਪਿਆਰ ਤੇ ਅਸ਼ੀਰਵਾਦ ਦਿੱਤਾ ਬਹੁਤ ਜ਼ਬਰਦਸਤ ਪਿਆਰ ਸੀ ਸਾਰੀ ਰਾਤ ਖੁਸ਼ੀ ਨਾਲ ਨੀਂਦ ਨਹੀਂ ਆਈ ਔਰ ਸਵੇਰ ਦੇ ਫਿਰ 5 ਵਜੇ ਤੋਂ ਚੱਲੇ ਹੋਏ ਆ ਬਹੁਤ ਪਿਆਰ ਮਿਲ ਰਿਹਾ ਜਿਸ ਘਰ ਚ ਵੀ ਜਾਂਦੇ ਆ ਪੂਰਾ ਭੱਜ ਭੱਜੇ ਪਰਿਵਾਰ ਮਤਲਬ ਛਾ ਦੇ ਰਿਹਾ ਮੈਂ ਤੇ ਪ੍ਰਮਾਤਮਾ ਕੀ ਇਹ ਅਰਦਾਸ ਕਰਦਾ ਕਿ ਇੰਨੀ ਤਾਕਤ ਬਖਸ਼ੀ ਮਾਲਕਾ ਕਿ ਜਿੰਨਾ ਇਹ ਪਿਆਰ ਮਿਲ ਰਿਹਾ ਕਿ ਮੈਂ ਇਹਨਾਂ ਦਾ ਦੇਣ ਦੇ ਸਕਾਂ ਇੱਕ ਜਨਮ ਤੇ ਨਹੀਂ ਕਈ ਜਨਮ ਵੀ ਲੈਣ ਜਾਣੇ ਪੈ ਸਕਦੇ ਆ ਤਾਂ ਵੀ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਪ੍ਰਮਾਤਮਾ ਕਿਰਪਾ ਕਰੇ ਕਿ ਮੈਂ ਇਸੇ ਜਨਮ ਚ ਇਹਨਾਂ ਸਾਰਿਆਂ ਦਾ ਦਿਨਾਂ ਦੇ ਕਰਕੇ ਦੇਣ ਦੇ ਕੇ ਇਹਨਾਂ ਦਾ ਥੈਂਕਸ ਕਰ ਸਕਾਂ ਦੇ ਲਈ ਗਰਹੀਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਸਾਥੇ ਇਨਕੇ ਸਪੋਰਟਰ ਵੀ ਸਾਥ ਖੜੇ ਹੈ। ਜੀ ਆਪ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਆਪ ਇਨਕਾ ਕਾਰਜ ਕਰਤਾ ਦੇਖਦੇ ਰਹੇ? ਕਿਹਦਾ ਕਿਹੋ ਜਿਹਾ ਕਾਰਜ ਹੈ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਹਨੂੰ ਜਿਹੜਾ ਪਿਆਰ ਮਿਲ ਰਿਹਾ ਨਾ ਇੱਕ ਕਾਂਗਰਸ ਪਾਰਟੀ ਦਾ ਨਹੀਂ ਮਿਲ ਰਿਹਾ। ਸਾਰੀਆਂ ਪਾਰਟੀਆਂ ਦਾ ਮਿਲ ਰਿਹਾ ਕਿਉਂਕਿ ਇਸ ਬੰਦਾ ਇੱਕ ਕੰਮ ਕਰਨ ਵਾਲਾ ਮੁੰਡਾ ਸੀ। ਇਹਨੂੰ ਸਿਰਫ ਬਦਨਾਮ ਕੀਤਾ ਗਿਆ। ਜੇ ਮਿੱਟੀ ਵੇਚਦਾ, ਜੇ ਬੰਦਾ ਇਲਾਕੇ ਚੋਂ ਜਾਂ ਮਿੱਟੀ ਦੀ ਸ਼ਿਕਾਇਤ ਕਰਦਾ ਕਿਸਾਨ ਜਿੱਥੇ ਜਾ ਕੇ ਮਿੱਟੀ ਲਿਆਉਂਦਾ ਰਿਹਾ ਤੇ ਉਹਨਾਂ ਨੂੰ ਪੈਸੇ ਦੇ ਕੇ ਲੋਕਾਂ ਦੇ ਪਲਾਟਾਂ 'ਚ ਭਰਤ ਪਾਉਣਾ ਕੋਈ ਬਿਜ਼ਨਸ ਨਹੀਂ ਹੈਗਾ ਵੱਡੇ ਵੱਡੇ ਬੰਦੇ ਬਿਜ਼ਨਸ ਕਰਦੇ ਨੇ ਟਰਾਂਸਪੋਰਟਰ ਕਰਦੇ ਨੇ ਗਰੀਬ ਆਦਮੀ ਨੇ ਇਸ ਛੋਟੀ ਜਿਹੀ ਸਟੇਜ ਤੋਂ ਉੱਠ ਕੇ ਜੇ ਆਪਣਾ ਕੋਈ ਕੰਮ ਕਿਸਤਾਂ ਦੇ ਲੈ ਕੇ ਟਰਾਲੀ ਤੇ ਕਿਸਤਾਂ ਦੇ ਲੈ ਕੇ ਦੇਸ਼ਤ 'ਚ ਕੰਮ ਚਲਾ ਲੈ ਗਣਾ ਕੀ ਹੈ ਜੱਟ ਸ਼ਿਕਾਇਤ ਕਰਨ ਵੀ ਇਹ ਮਿੱਟੀ ਵੇਚਦਾ ਸਾਡੀ ਮਿੱਟੀ ਵੇਚ ਕੇ ਤੇ ਸਾਨੂੰ ਪੈਸੇ ਨਹੀਂ ਦਿੱਤੇ ਉਹ ਤਾਂ ਕੋਈ ਸ਼ਿਕਾਇਤ ਨਹੀਂ ਇਹ ਸਿਰ ਭੰਡੀ ਪ੍ਰਚਾਰ ਆ ਜਿਹੜੇ ਭੰਡੀ ਪ੍ਰਚਾਰ ਕਰਦੇ ਨੇ ਉਹ ਬੰਦੇ ਖੁਦ ਮਿੱਟੀ ਦਾ ਤੇਲ ਬਲੈਕ ਕਰਦੇ ਰਹੇ ਨੇ ਸਾਡੇ ਇਲਾਕੇ ਚ ਬਲੈਕ ਦੇ ਤੇਲ ਤੋਂ ਉੱਠੇ ਉਹਨਾਂ ਦਾ ਗੈਂਗ ਬਣਿਆ ਇੱਕ ਬਲੈਕ ਦਾ ਉਹ ਹੀ ਨੰਗਾ ਕਰ ਦੇਾਂਗੇ ਲੁਧਿਆਣਾ ਸੇ ਅਭਿਸ਼ੇਕ ਦੇ ਸਾਥ ਧੀਰੇਜ ਕੁਮਾਰ ਟਾਈਮਸ ਨੂੰ ਆਪ ਜੀ